ਚਾਲ ਜੀ, ਕੀ ਹਾਲ ਚਾਲ? ਠੀਕ ਠਾਕ ਹੋ ਗਏ? ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਆਹ ਦੇਖੋ, ਤੁਹਾਨੂੰ ਮੌਸਮ ਦਿਖਾਉਂਦੇ, ਮੀਂਹ ਪੈਂਦਾ ਪੂਰਾ, ਪਾਰਕਿੰਗ ਪੂਰੀ ਫੁੱਲ। ਇੱਥੋਂ ਆਪਾਂ ਪਾਰਕਿੰਗ ਦੀ ਟਿਕਟ ਲੈ ਲਈ ਆ, ਅਤੇ ਆਪਾਂ ਚੱਲੇ ਸੀਗੇ, ਸੋਚਿਆ ਜੀ ਵੈਨਕੂਵਰ ਚੱਲਦੇ ਹਾਂ, ਪਰ ਉਹਦੇ ਮੀਂਹ ਬਹੁਤ ਪੈਣ ਲੱਗ ਗਿਆ, ਜਾ ਹੀ ਰਹੇ ਹਾਂ, ਪਰ ਹੁਣ ਤਾਂ ਮੀਂਹ ਦੇ ਵਿੱਚ ਆਜੋ ਫਿਰ ਤੁਹਾਨੂੰ ਨਾਲੇ ਮੀਂਹ ਦਿਖਾਉਂਦੇ ਹਾਂ, ਨਾਲੇ ਵੈਨਕੂਵਰ ਮੀਂਹ ਦੇਖੋ ਕਿੰਨਾ। ਕੱਲ੍ਹ ਦਾ ਇੱਦਾਂ ਹੀ ਪੈ ਰਿਹਾ ਵਾ, ਸਵੇਰ ਦਾ ਹੀ। ਗਿਆ ਟ੍ਰੇਨ ਐਕਸਪੋ ਲਾਈਨ 'ਤੇ, ਚੜ੍ਹ ਗਈਆਂ ਪੌੜੀਆਂ ਵੀ ਉੱਪਰ ਨੂੰ, ਮੀਂਹ ਬਾਰ ਓਨਾ ਹੀ ਪੈ ਰਿਹਾ ਵਾ, ਦੇਖਦੇ ਕਿੰਨਾ ਕੁ ਰਸ਼ ਆ ਟ੍ਰੇਨ ਦੇ ਵਿੱਚ। ਵੈਨਕੂਵਰ ਜਦੋਂ ਆਏ ਆ ਨਾ, ਉੱਧਰ ਮੀਂਹੋਂ ਮੀਂਹ ਪੈਂਦਾ, ਇੱਥੇ ਧੁੱਪ ਵੀ ਨਿਕਲਿਆ ਜੀ। ਉੱਥੇ ਲੈਂਦੇ ਆਪਾਂ ਬੱਸ, ਅਤੇ ਫਿਰ ਚੱਲਦੇ ਹਾਂ ਅੱਗੇ, ਤੁਹਾਨੂੰ ਦਿਖਾਉਂਦੇ ਜੀ ਕਿੱਥੇ ਘੁੰਮਣ ਆਏ ਹਾਂ। ਅੱਜ ਕਿੰਨੇ ਦਿਨਾਂ ਬਾਅਦ ਆਪਾਂ ਵੈਨਕੂਵਰ ਆਏ ਨਾ, ਬਹੁਤ ਦਿਨਾਂ ਬਾਅਦ ਵੈਨਕੂਵਰ ਆਏ, ਮਹੀਨਿਆਂ ਬਾਅਦ ਹੀ ਆਇਆ ਵੈਨਕੂਵਰ, ਇੱਦਾਂ ਘੁੰਮਣ, ਨਹੀਂ ਤਾਂ ਕੰਮ ਨਹੀਂ ਹੋਈਦਾ ਵਾ। ਅਤੇ ਉਹ ਆ ਗਈ ਆਪਣੀ ਬੱਸ, ਆ ਗਈ ਆ ਗਈ ਆ ਗਈ, ਆਪਾਂ ਪਹੁੰਚ ਚੁੱਕੇ ਹਾਂ। ਕਿੱਥੇ ਪਹੁੰਚ ਗਏ ਆਪਾਂ? ਓਕੇ, ਸਟੈਨਲੇ ਪਾਰਕ। ਆਪਾਂ ਕਿੱਥੇ ਜਾ ਰਹੇ ਹਾਂ ਵੈਸੇ? ਐਕੁਏਰੀਅਮ। ਐਕੁਏਰੀਅਮ ਆਹ ਰਸਤਾ, ਉਰੇ ਦਾ ਵਧੀਆ ਵਿਊ ਆ, ਉਹ ਖੜਾ ਆਪਣਾ ਸਵਾਗਤ ਲਈ ਬੰਦਾ ਬਈ, ਕਿਵੇਂ ਆ ਇੱਧਰ ਨੂੰ ਦੇਖਦਾ ਵਾ। ਅਤੇ ਆਪਾਂ ਚੱਲੀਏ ਹੁਣ ਅੱਗੇ, ਫਿਰ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਪਾਰਕ ਟੂਰ ਦੇ ਲਈ। ਆਹ ਖੜਿਆ ਘੋੜੇ, ਓਰੀਜਨਲ ਨੇ ਘੋੜੇ? ਅੱਛਾ, ਓਰੀਜਨਲ ਅਸਲੀ ਹੋਈ ਆ ਜੀ। ਆਹ ਲਓ ਪਹੁੰਚ ਗਏ ਆਪਾਂ ਇੱਥੇ, ਹੈਗੇ ਆ ਆਹ ਦੇ ਯਾਰ, ਹੋਊਗੀ ਅਟ੍ਰੈਕਸ਼ਨ ਟਿਕਟਾਂ ਦੇ ਉਹ ਦੇਖ, ਹੋਊਗੀ ਆਪਾਂ ਪਹੁੰਚ ਗਏ ਐਕੁਏਰੀਅਮ। ਲੜਸੀ ਦੇਖ ਲੈਂਦੇ ਆ, ਪੁੱਛ ਲੈਂਦੇ ਜਿਸ ਘੜੀ ਦਾ ਇੰਤਜ਼ਾਰ ਸੀ, ਆਪਾਂ ਉੱਥੇ ਪਹੁੰਚ ਚੁੱਕੇ ਹਾਂ। ਇੱਧਰ ਦੇਖੋ ਸ਼ੁਰੂ ਹੋ ਗਏ ਨੇ ਪੰਛੀ ਵਗੈਰਾ, ਆਹ ਦੇਖੋ ਇੱਧਰ ਵੀ ਫਿਸ਼ ਬਣੀ ਹੋਈ। ਵੈਨਕੂਵਰ ਐਕੁਏਰੀਅਮ ਐਂਟਰੀ ਕਰਨ ਲੱਗਿਆ ਹੁਣ ਆਪਾਂ, ਇੱਥੇ ਦੇਖਦੇ ਹਾਂ ਕੀ ਆ ਮਾਹੌਲ, ਕੀ ਸਿਸਟਮ ਆ, ਕਿਉਂ ਬਈ? ਕੀ ਲੱਗਦਾ ਫਿਰ ਕੀ ਹੋਊਗਾ ਲਾਈਨ ਅਪ? ਤੱਕ ਥੋੜ੍ਹਾ ਹੀ ਅੱਜ ਮੌਸਮ ਵੀ ਘੈਂਟ ਆ, ਮੀਂਹ ਪੈਂਦਾ ਸੀ ਪਰ ਉਰੇ ਮੌਸਮ ਸਹੀ ਆ। ਅੰਦਰ ਐਂਟਰੀ ਕਰਦੇ ਹਾਂ, ਟਿਕਟ ਲੈਂਦੇ ਹਾਂ ਉਰੇ, ਕਿਉਂ ਉਰੇ ਟਿਕਟ ਲੈਣੀ ਪੈਂਦੀ ਆ, ਫਿਰ ਦੇਖਦੇ ਹਾਂ ਕਿਵੇਂ ਦਾ ਕੀ ਆ ਅੰਦਰ। ਆਜੋ ਫਿਰ ਕਰੀਏ ਐਂਟਰੀ। ਉਹ ਆ ਕੀ ਬਣਿਆ ਹੋਇਆ ਹੈ, ਐਂਟਰੀ ਦੇਖ ਲਓ ਬਈ। ਆਹ ਉਰੇ ਦਾ ਟਿਕਟ ਪ੍ਰਾਈਜ਼, ਸਿੰਗਲ ਮੈਂਬਰ, ਸਿੰਗਲ ਡਿਊ ਮੈਂਬਰ ਫੈਮਿਲੀ, ਇੱਥੇ ਆਪਾਂ ਕਰ ਲਾਂਗੇ ਐਂਟਰੀ, ਅਲੱਗ ਅਲੱਗ ਪ੍ਰਾਈਜ਼ ਆ ਬਈ ਸਾਰਿਆਂ ਦਾ। ਹਾਂਜੀ, ਆਪਣੇ ਸਟੈਂਪ ਲੱਗ ਚੁੱਕੀ ਆ, ਸਟੈਂਪ ਐਂਟਰੀ ਦੀ ਵੀ ਸਟੈਂਪ ਆ ਗਈ ਉਰੇ। ਮੱਛੀ ਬਣੀ ਹੈ ਨਾ, ਮੱਛੀ ਹੈ ਨਾ ਜਿਹੜਾ ਬਾਹਰ ਆ ਉਹ, ਚੱਲੀ ਹੁਣ ਅੰਦਰ ਬਈ, ਮੱਛੀਆਂ ਬਣੀਆਂ ਹੋਈਆਂ ਮੱਛੀਆਂ। ਪਹੁੰਚ ਚੁੱਕੇ ਆਪਾਂ ਅੰਦਰ, ਐਂਟਰੀ ਦੇਖੋ ਬਈ, ਜ਼ਬਰਦਸਤ ਐਂਟਰੀ ਪੂਰੀ। ਆਜੋ ਇੱਧਰ ਦੇਖੀ ਮੱਛੀਆਂ ਪੈਂਦੀ ਆ, ਫਿਰ ਤੱਕ ਚੈਂਪੀਅਨ ਹੈ।
ਇਹ ਰੀਅਲ ਨੇ ਹਨਾ, ਹੱਦ ਹੋ ਗਈ। ਵਿਚਾਰੀਆਂ ਕੈਦ ਕੀਤੀਆਂ ਨੇ, ਆ ਛੋਟੀਆਂ ਛੋਟੀਆਂ ਜੀਆਂ ਪੂਰੇ ਸਾਰੀ ਮੱਛੀਆਂ ਨੇ, ਚੱਲ ਅੱਗੇ ਦੇਖਦੇ ਹਾਂ। ਆਹ ਅਲੱਗ, ਇਹ ਅਲੱਗ ਮੱਛੀਆਂ ਨੇ, ਕਿਵੇਂ 3D ਜੇ ਲੱਗਦੇ ਆ ਨਾ ਉਹ, ਉਹਦੇ ਕੀ ਬੈਠਾ ਉਹਦੇ ਡਿਫਰੈਂਟ ਡਿਫਰੈਂਟ ਪ੍ਰਜਾਤੀਆਂ ਦਿਖਾਉਣੇ ਆ। ਗਲੋਬ ਵੀ ਉਰੇ ਕੁਛ ਅੰਦਰ ਤੋਂ ਇਸ ਤਰ੍ਹਾਂ ਦਾ ਵਿਊ ਬੰਦ ਬੜਨ ਲੱਗਿਆ। ਹੁਣ ਐਂਟਰੀ ਕਰ ਲਈ ਆਪਾਂ ਨੇ, ਹਨੇਰਾ ਜਿਹਾ ਅੰਦਰ ਆ। ਮੱਛੀਆਂ ਉਰੇ ਦੇਖੋ ਬਈ, ਕੱਚੂ ਕੱਚੂ ਕਰ ਦੋ ਭਜਾਉਣ ਨੂੰ, ਇਹਦੇ ਅੰਦਰ ਐਂਟਰੀ ਕਰਕੇ ਨਾ ਇੱਥੇ ਦੀ ਫੋਟੋ ਕਲਿੱਕ ਕਰਵਾ ਸਕਦੇ ਹਾਂ ਆਪਣੀ। ਅਤੇ ਪ੍ਰਜਾਤੀਆਂ ਨੇ ਨਾ ਨਿੱਕੀਆਂ ਛੋਟੀਆਂ, ਅਲੱਗ ਅਲੱਗ ਮੱਛੀਆਂ ਦੇਖੀ ਚੱਲੋ ਵੀ ਹੁਣ ਤੁਸੀਂ। ਹਾਂਜੀ, ਇਹ ਮੱਛੀਆਂ ਇੱਦਾਂ ਲੱਗਦੀਆਂ ਨੇ ਨਾ ਜਿਵੇਂ ਕਿ ਇਹਨਾਂ ਦੇ ਵਿੱਚ ਲਾਈਟ ਚੱਲਦੀ ਹੁੰਦੀ ਹੈ, ਜਿਵੇਂ ਕਿ ਆ ਬਲਿਊ ਨੀਲੀਆਂ ਜਿਹੀਆਂ ਮੱਛੀਆਂ ਅਤੇ ਉਹ ਸੰਤਰੀ ਜਿਹੀਆਂ, ਬਿਲਕੁਲ ਇੱਦਾਂ ਲੱਗਦੀਆਂ ਨੇ ਵੀ ਜਿਵੇਂ ਲਾਈਟ ਚੱਲਦੀ ਹੁੰਦੀ ਹੈ। ਮੈਂ ਤਾਂ ਪਹਿਲੀ ਵਾਰ ਦੇਖ ਰਿਹਾ ਵੀ ਇੱਦਾਂ ਵੀ ਮੱਛੀਆਂ ਇੱਦਾਂ ਚੱਲਦੀਆਂ ਫਿਰਦੀਆਂ ਨੇ, ਦੇਖ ਲਓ। ਹਾਂਜੀ, ਇਹ ਕੁਛ ਅਗਲਾ ਵਿਊ ਜਿੱਥੇ ਕਿ ਮੱਛੀਆਂ ਦੇ ਦੰਦ ਵਗੈਰਾ ਹੱਡੀਆਂ ਵਗੈਰਾ ਰੱਖੀਆਂ ਹੋਈਆਂ ਨੇ ਅਲੱਗ ਅਲੱਗ ਤਰ੍ਹਾਂ ਦੇ। ਮੈਂ ਤਾਂ ਖੁਦ ਪਹਿਲੀ ਵਾਰ ਦੇਖ ਕੇ ਹੈਰਾਨ ਸੀਗੇ ਕਿ ਇੰਨਾ ਕੁਛ ਹੁੰਦਾ ਵਾ। ਪਤਾ ਵੀ ਕੈਮਰਾ ਲੈਣਾ ਹੀ ਪੈਣਾ ਵਾ, ਇਹਦੇ ਵਿੱਚ ਥੋੜ੍ਹੀ ਜਿਹੀ ਲਾਈਟ ਦੀ ਮੈਨੂੰ ਪ੍ਰੋਬਲਮ ਜਿਹੀ ਲੱਗਦੀ ਆ। ਇਹ ਕੀ ਆ ਬਈ? ਅੱਛਾ, ਮੈਨੂੰ ਤਾਂ ਬੁੜੀ ਹੋ ਗਈ। ਉਹ ਦੇਖ ਉੱਪਰ ਦੇ, ਆਹ ਦੇਖ ਨਹੀਂ, ਆਹ ਆਹ ਦੇਖੋ ਬੈਠੀ, ਆਹ ਹਨੇਰਾ ਪੈਂਦਾ ਯਾਰ ਇਹਦੇ ਵਿੱਚ ਨਾ, ਕੈਮਰੇ ਦੇ ਮੈਨੂੰ ਕੈਮਰਾ ਲੈਣਾ ਹੀ ਪੈਣਾ, ਸਹੀ ਗੱਲ ਆ। ਇਹ ਸੀਗੀਆਂ ਇੱਥੇ ਅਲੱਗ ਅਲੱਗ ਤਰ੍ਹਾਂ ਦੀਆਂ ਮੱਛੀਆਂ, ਬਿਲਕੁਲ ਹੀ ਛੋਟੀਆਂ ਮੱਛੀਆਂ ਜੋ ਆ ਕੇ ਇਹਨਾਂ ਨੂੰ ਸਟਾਰ ਫਿਸ਼ ਵਗੈਰਾ ਵੀ ਕਹਿੰਦੇ ਸੀਗੇ, ਪਤਾ ਨਹੀਂ ਇਹ ਸੀਗੀਆਂ ਪਤਾ ਨਹੀਂ ਢੋਕਲੀਆਂ ਮੱਛੀਆਂ। ਪਰ ਲਾਈਟ ਕਰਕੇ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਸੀ, ਪਰ ਦੇਖਣ ਨੂੰ ਬਹੁਤ ਵਧੀਆ ਲੱਗਦੀਆਂ ਸੀ। ਕਿੰਨੇ ਤਰ੍ਹਾਂ ਦੀਆਂ ਮੱਛੀਆਂ ਨੇ, ਆਹੋ ਕਿਹੜੀ
ਹਾਂਜੀ ਇਹ ਨੇ ਜੈਲੀ ਮੱਛੀਆਂ, ਦੇਖੋ ਦੇਖਣ ਨੂੰ ਬਿਲਕੁਲ ਵੀ ਇੱਦਾਂ ਹੀ ਲੱਗਦਾ ਕਿ ਮੱਛੀਆਂ ਨੇ, ਇੱਦਾਂ ਲੱਗਦਾ ਨਾ ਜਿਵੇਂ ਖੁੰਭਾਂ ਜਿਹੀਆਂ ਹੁੰਦੀਆਂ ਨੇ, ਉਵੇਂ ਹੀ ਲੱਗਦੀ ਹੈ ਬਿਲਕੁਲ ਇਹ। ਪਰ ਬਹੁਤ ਹੀ ਜ਼ਿਆਦਾ ਡਿਫਰੈਂਟ ਅਲੱਗ ਤਰ੍ਹਾਂ ਦੀ ਪ੍ਰਜਾਤੀ ਸੀਗੀ ਇਹ। ਇੱਥੇ ਸਾਊਥ ਅਮੈਰੀਕਾ ਹਾਂਜੀ ਆਹ ਦੇਖੋ ਕੀ ਆ, ਜਿਵੇਂ ਬਿਲਕੁਲ ਇੱਦਾਂ ਲੱਗਦਾ ਜਿਵੇਂ ਪੱਤਾ ਜਿਹਾ ਪਿਆ ਹੁੰਦਾ ਵਾ, ਬਿਲਕੁਲ ਸਮਝ ਨਹੀਂ ਲੱਗਦੀ ਵੀ ਕੀ ਚੀਜ਼ ਹੈਗੀ ਆ। ਅਤੇ ਆਹ ਆ ਗਈਆਂ ਰੰਗ ਬਿਰੰਗੀਆਂ ਮੱਛੀਆਂ, ਫਿਰ ਪੀਲੀਆਂ ਸੰਤਰੀਆਂ ਜਿਹੀਆਂ ਮੱਛੀਆਂ, ਬਹੁਤ ਹੀ ਯਾਰੰਗੀਆਂ ਪਿਆਰੀਆਂ ਵੀ ਲੱਗਦੀਆਂ ਨੇ ਮੱਛੀਆਂ, ਛੋਟੀਆਂ ਛੋਟੀਆਂ ਤਾਂ ਬਹੁਤ ਪਿਆਰੀਆਂ ਲੱਗਦੀਆਂ ਨੇ, ਪਰ ਦੇਖ ਕੇ ਮਨ ਖੁਸ਼ ਹੋ ਜਾਂਦਾ ਵਾ। ਇਸ ਤੋਂ ਬਾਅਦ ਆ ਗਏ ਆਪਾਂ ਐਮਾਜੋਨ ਦੇ ਵਿੱਚ, ਆਹ ਪਤਾ ਨਹੀਂ ਕੀ ਕੱਢਿਆ ਹੋਇਆ। ਹਾਂਜੀ ਆਹ ਇਹਨਾਂ ਨੇ ਬਣਾਇਆ ਸਮੁੰਦਰ ਜਿਹਾ, ਜਿਹਦੇ ਵਿੱਚ ਉਹ ਗੰਦ ਮੰਦ ਕੱਢ ਕੇ ਬਾਹਰ ਰੱਖਿਆ ਹੋਇਆ ਵਾ। ਦੇਖੋ ਜਿਵੇਂ ਦਾ ਮਾਹੌਲ ਆ ਉੱਦਾਂ ਦੀ ਉਰੇ ਲਾਈਟਨਿੰਗ ਕੀਤੀ ਪਈ ਆ, ਜਿਵੇਂ ਕਿ ਆਹ ਹੱਡੀਆਂ ਹੁੱਡੀਆਂ ਜਿਹੀਆਂ ਪਈਆਂ ਨੇ ਮੱਛੀਆਂ ਮੁੱਛੀਆਂ ਜਿਹੀਆਂ। ਹਾਂਜੀ ਇਹ ਆ ਡਾਇਨਾਸੌਰ, ਅਤੇ ਹੁਣ ਤੁਸੀਂ ਡਾਇਨਾਸੌਰ ਦੀਆਂ ਹੱਡੀਆਂ ਦੇਖੋਗੇ ਜੋ ਕਿ ਰੀਅਲ ਨੇ। ਹਾਂਜੀ ਇਹ ਵੀ ਮੱਛੀਆਂ ਨੇ ਜੈਲੀ ਬਲੂਮਸ, ਪਹਿਲਾਂ ਸਾਨੂੰ ਲੱਗਿਆ ਸੀ ਕਿ ਆਰਟੀਫਿਸ਼ਲ ਜਿਹੀਆਂ ਨੇ, ਪਰ ਜਦੋਂ ਦੇਖਿਆ ਕਿ ਇਹ ਵੀ ਪ੍ਰਜਾਤੀ ਇੱਕ ਪਾਈ ਜਾਂਦੀ ਹੈ ਮੱਛੀਆਂ ਦੇ ਵਿੱਚ, ਜੋ ਕਿ ਬਿਲਕੁਲ ਹੀ ਅਲੱਗ ਆ। ਹਾਂਜੀ ਹੁਣ ਆਪਾਂ ਅਗਲੇ ਪਾਰਟ ਦੇ ਵਿੱਚ ਐਂਟਰੀ ਕਰਨ ਲੱਗੇ ਹਾਂ, ਇੱਥੇ ਸਾਰਾ ਕੁਛ ਇਹਨਾਂ ਨੇ ਦੱਸਿਆ ਹੋਇਆ ਵਾ, ਇਹ ਸਾਰਾ ਕੁਛ ਅਲੱਗ ਅਲੱਗ ਆ। ਤੁਸੀਂ ਦੇਖ ਰਹੇ ਹੋ ਕਿ ਪਹਿਲਾਂ ਉੱਪਰ ਸਾਰਾ ਕੁਛ ਲਿਖਿਆ ਹੋਇਆ ਵੀ ਕੀ ਹੈ ਇੱਥੇ ਕੀ ਨਹੀਂ, ਦਿਖਾਇਆ ਹੋਇਆ ਵੀ ਇਹ ਕਿੱਥੇ ਪਾਏ ਜਾਂਦੇ ਨੇ। ਅਤੇ ਆਹ ਆਪਾਂ ਥੱਲੇ ਦੇਖ ਰਹੇ ਹਾਂ ਫੁੱਲ ਬੂਟੇ ਨੇ ਅੰਦਰ ਜੋ ਪਾਣੀ ਦੇ ਵਿੱਚ ਲੱਗੇ ਨੇ, ਵਿੱਚ ਹੀ ਮੱਛੀਆਂ ਵਗੈਰਾ ਫਿਰਦੀਆਂ ਨੇ, ਅਤੇ ਹਰ ਇੱਕ ਚੀਜ਼ ਅਲੱਗ ਅਲੱਗ ਆ। ਸ਼ਾਇਦ ਕੈਮਰੇ ਦੇ ਵਿੱਚ ਉਹ ਸਾਰਾ ਕੁਛ ਨਹੀਂ ਦਿਖਾਈ ਦਿੰਦਾ ਜੋ ਅਸੀਂ ਦੇਖ ਰਹੇ ਹਾਂ। ਇਹਨਾਂ ਨੂੰ ਕੋਈ ਵੀ ਦੇਖ ਕੇ ਇਹ ਨਹੀਂ ਕਹਿ ਸਕਦਾ ਕਿ ਇਹ ਰੀਅਲ ਦੇ ਵਿੱਚ ਨੇ, ਇਹ ਸਾਰੀਆਂ ਜੈਲੀ ਮੱਛੀਆਂ ਨੇ ਅਤੇ ਬਹੁਤ ਹੀ ਅਲੱਗ ਦਿਖਾਈ ਦਿੰਦੀਆਂ ਨੇ, ਜਿਵੇਂ ਇੱਦਾਂ ਲੱਗਦਾ ਜਿਵੇਂ ਲਾਈਟਾਂ ਦੇ ਵਿੱਚ ਹੁੰਦੀਆਂ ਨੇ, ਇਹਨਾਂ ਦੇ ਵਿੱਚ ਲਾਈਟ ਚੱਲਦੀ ਹੁੰਦੀ ਆ, ਬਹੁਤ ਹੀ ਅਲੱਗ ਤਰ੍ਹਾਂ ਦਾ ਵਿਊ ਦਿਖਾਈ ਦਿੰਦਾ ਵਾ। ਮੈਂ ਖੁਦ ਹੈਰਾਨ ਹਾਂ ਕਿ ਇਹ ਵੀ ਮੱਛੀਆਂ ਨੇ, ਆਪਾਂ ਤਾਂ ਸਿਰਫ ਨੋਰਮਲ ਮੱਛੀ ਦੇਖਦੇ ਹਾਂ, ਆਪਾਂ ਉਹਨੂੰ ਸੋਚ ਲੈਂਦੇ ਵੀ ਇਹ ਮੱਛੀ ਆ, ਪਰ ਇਹ ਦੇਖੋ ਬਿਲਕੁਲ ਅਲੱਗ ਤਰ੍ਹਾਂ ਦੀ। ਓਹੋ ਇਹਨਾਂ ਨੂੰ ਦੇਖ ਕੇ ਕੋਈ ਐਵੇਂ ਨਹੀਂ ਕਹਿ ਸਕਦਾ ਕਿ ਮੱਛੀਆਂ ਨੇ, ਇੰਨੀਆਂ ਜ਼ਿਆਦਾ ਨਿੱਕੀਆਂ ਮੱਛੀਆਂ। ਬੱਚਿਆਂ ਦੀ ਪਾਰਕ ਜੀ ਹੈ।
ਹਾਂਜੀ ਹੁਣ ਆਪਾਂ ਜਾਣ ਲੱਗੇ ਹਾਂ ਅੱਗੇ, ਅਤੇ ਅੱਗੇ ਦੇਖਦੇ ਹਾਂ ਕੀ ਆ ਅਤੇ ਨਾਲੇ ਤੁਹਾਨੂੰ ਦਿਖਾਉਂਦੇ ਹਾਂ। ਆਇਓ ਫਿਰ ਚੱਲੀਏ, ਨਾਲ ਨਾਲ ਬਣੇ ਰਹੋ ਸਾਡੇ। ਹਾਂਜੀ ਇਹ ਬੀਬਾ ਜੀ ਦਿਖਾ ਰਹੇ ਨੇ ਸੱਪ, ਅਤੇ ਤੁਸੀਂ ਵੀ ਦੇਖ ਰਹੇ ਹੋ ਕਿਵੇਂ ਹੱਥ 'ਚ ਫੜੀ, ਅਤੇ ਲੋਕ ਇਹਨੂੰ ਹੱਥ ਲਾ ਲਾ ਕੇ ਦੇਖ ਰਹੇ ਨੇ। ਓ ਮਾਈ ਗੋਡ, ਅਤੇ ਆਹ ਕੀ ਆ ਗਿਆ ਬਈ, ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਕੱਛੂ ਕਹਿ ਦਈਏ ਇਹਨੂੰ, ਨਹੀਂ ਗੋ ਗੋ ਕਹਿ ਸਕਦੇ ਇਹਨੂੰ ਆਪਾਂ, ਗੋ। ਇਹ ਆ ਗਿਆ ਵੀ ਫਿਰ ਤੋਂ ਪੂਛ ਵਾਲਾ ਕੱਛੂ, ਦੇਖੋ ਕਿਵੇਂ ਤਾਰਨ ਲੱਗਿਆ ਹੋਇਆ ਵਾ, ਅਤੇ ਇੱਦਾਂ ਲੱਗਦਾ ਜਿਵੇਂ ਬੁੜਾ ਹੋ ਗਿਆ ਹੁੰਦਾ ਵਾ। ਪਰ ਮੈਂ ਤਾਂ ਉਰੇ ਅਲੱਗ ਅਲੱਗ ਤਰ੍ਹਾਂ ਦੇ ਕੱਛੂ ਦੇਖੇ ਨੇ, ਅਤੇ ਆ ਉੱਪਰ ਲਿਖਿਆ ਹੋਇਆ ਸਾਰਾ ਕੁਛ, ਦੇਖੋ ਕਿਵੇਂ ਤੈਰ ਰਿਹਾ ਵਾ। ਅਤੇ ਵੀ ਇਹਦੇ ਵਿੱਚ ਹੈਗਾ ਵਾ ਕੋਬਰਾ ਸੱਪ, ਮੈਂ ਖੁਦ ਰਾਂ ਸੀ, ਐਡਾ ਵੱਡਾ ਲੰਬਾ ਸੱਪ ਸੀਗਾ ਇਹ, ਬਹੁਤ ਹੀ ਜ਼ਿਆਦਾ ਲੰਬਾ। ਅਤੇ ਹੁਣ ਆਪਾਂ ਚੱਲੇ ਹਾਂ ਬਾਹਰ, ਅਤੇ ਇੱਥੇ ਬਾਹਰ ਦਿਖਾਉਂਦੇ ਹਾਂ ਤੁਹਾਨੂੰ ਸੀ ਸੀ ਮੱਛੀ, ਮੱਛੀ ਵਗੈਰਾ ਜੋ ਵੀ ਹੁੰਦੀ ਆ, ਮੈਨੂੰ ਇੰਨਾ ਪਤਾ ਨਹੀਂ ਗਾ। ਆ ਜਾਓ ਫਿਰ, ਇਹ ਦੇਖੋ ਕਿਵੇਂ ਟੱਪਣ ਲੱਗੇ ਹੋਏ ਨੇ ਸੀ ਮੱਛੀ, ਪਤਾ ਨਹੀਂ ਇਹਨੂੰ ਕੀ ਕਹਿੰਦੇ ਹੁੰਦੇ, ਮੈਨੂੰ ਤਾਂ ਭੁੱਲ ਗਿਆ ਮੈਂ। ਅਤੇ ਐਡੇ ਵੱਡੇ ਵੱਡੇ ਨੇ ਨਾ ਇਹ, ਮੋਟੇ ਮੋਟੇ ਤਾਜ਼ੇ ਤਾਜ਼ੇ ਪੂਰੇ ਮਤਲਬ ਰੀਸ ਕਰਦੇ ਨੇ ਲੋਕਾਂ ਦੀ, ਜਿਵੇਂ ਲੋਕ ਕਰਦੇ ਨੇ ਉੱਦਾਂ ਹੀ ਇਹ ਕਰਦੇ ਨੇ। ਅਤੇ ਹੁਣ ਆਪਾਂ ਆ ਗਏ ਹਾਂ ਸ਼ੋਪਿੰਗ ਵਾਲੇ ਸਟੋਰ ਦੇ ਵਿੱਚ, ਇੱਥੇ ਸਾਰਾ ਕੁਛ ਰੱਖਿਆ ਹੋਇਆ ਇਹਨਾਂ ਨੇ, ਜਿਹਨੇ ਜੋ ਵੀ ਕੁਛ ਲੈ ਕੇ ਜਾਣਾ ਵਾ ਅਲੱਗ ਅਲੱਗ, ਮਤਲਬ ਘਰ ਲੈ ਕੇ ਜਾਣ ਨੂੰ ਜਾਂ ਕਿਸੇ ਨੂੰ ਗਿਫਟ ਕਰਨ ਨੂੰ, ਇਹਨੂੰ ਆਪਾਂ ਗਿਫਟ ਸ਼ੋਪ ਹੀ ਕਹਿ ਸਕਦੇ ਹਾਂ। ਅਤੇ ਇੱਥੋਂ ਆਪਾਂ ਨੇ ਲਿਆ ਇੱਕ ਫਰਿੱਜ ਦੇ ਉੱਤੇ ਲਾਉਣੇ ਵਾਲਾ ਮੈਗਨੇਟ, ਜੋ ਕਿ ਬਹੁਤ ਵਧੀਆ ਸੀ, ਅਤੇ ਆਪਾਂ ਕਾਫੀ ਇਕੱਠੇ ਕਰ ਲਏ ਨੇ। ਕਿ ਆਪਾਂ ਐਕੁਏਰੀਅਮ ਘੁੰਮ ਲਿਆ ਵੀ ਵੈਨਕੂਵਰ ਦਾ, ਇੱਥੇ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਸੀਗੇ, ਮੱਛੀਆਂ ਜ਼ਿਆਦਾ ਕਰ ਹੈ ਨਾ, ਅਤੇ ਸੱਪ ਸੁੱਪ ਵੀ ਸੀਗਾ ਯਾਰ, ਕੋਬਰਾ ਸੱਪ ਸੀਗਾ। ਬਾਕੀ ਤੁਸੀਂ ਸਾਰੀ ਵੀਡੀਓ ਦੇਖ ਹੀ ਲਈ ਹੋਣੀ ਹੈ, ਠੀਕ ਆ ਵਧੀਆ ਵਾ। ਜੇ ਮਤਲਬ ਜਿਹਨੂੰ ਜ਼ਿਆਦਾ ਨੇਚਰ ਨਾਲ ਪਿਆਰ ਆ ਉਹ ਇੱਥੇ ਬਹੁਤ ਜ਼ਿਆਦਾ ਇੰਜੋਏ ਕਰ ਸਕਦਾ। ਆਪਾਂ ਤਾਂ ਦੇਖਣ ਹੀ ਆਏ ਸੀਗੇ, ਦੇਖ ਲਿਆ, ਅਤੇ ਹੁਣ ਆਪਾਂ ਇਹ ਵਲੌਗ ਕਰਦੇ ਹਾਂ ਇੱਥੇ ਐਂਡ, ਹੋਪਸ ਹੋ ਕੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ, ਅਤੇ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ। ਹੁਣ ਆਪਾਂ ਇੱਥੋਂ ਚੱਲਦੇ ਹਾਂ, ਤੁਸੀਂ ਮੌਸਮ ਦੇਖੋ ਜਦ ਤੱਕ।